ਚੈਨਲ ਆਈ ਪੰਜਾਬ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਵੰਤ ਸਿੰਘ ਗੱਗੜਪੁਰੀ ਵੱਲੋਂ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਚੋਣ ਚਰਚਾ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸਾਡੇ ਮਹਿਮਾਨ ਹਨ ਅਕਾਲੀ ਵਿਧਾਇਕ ਸਰਦਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ। ਚੰਦੂਮਾਜਰਾ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਚੋਣ ਚਰਚਾ ਦੇ ਵਿੱਚ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਚੰਦੂਮਾਜਰਾ ਸਾਹਿਬ, ਜਿਵੇਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦਾ ਜਿਹੜਾ ਚੋਣ ਪ੍ਰਚਾਰ ਬਿਲਕੁਲ ਸਿਖਰਾਂ 'ਤੇ ਪਹੁੰਚਿਆ ਹੋਇਆ, ਤੁਸੀਂ ਪਿੰਡਾਂ 'ਚ ਜਾਂਦੇ ਹੋ, ਪਿੰਡਾਂ 'ਚ ਲੋਕ ਕੀ ਸਮੱਸਿਆਵਾਂ ਜਿਹੜੀਆਂ ਤੁਹਾਡੇ ਕੋਲ ਲੈ ਕੇ ਆਉਂਦੇ? ਦੇਖੋ, ਅਸੀਂ ਇਹ ਚੋਣ ਮੁੱਦਿਆਂ ਦੇ ਉੱਤੇ ਲੜ ਰਹੇ ਹਾਂ। ਸਭ ਤੋਂ ਵੱਡੀ ਸਮੱਸਿਆ ਜਿਹੜੀ ਅੱਜ ਦੇਖਣ ਨੂੰ ਮਿਲ ਰਹੀ ਹੈ, ਇੱਕ ਤਾਂ ਬਿਜਲੀ ਦੇ ਵੱਡੇ ਵੱਡੇ ਬਿੱਲ ਨੇ। ਜਿਹੜੇ ਡੇਢ ਸਾਲ ਵਿੱਚ ਇਹ ਸਰਕਾਰ ਨੇ 3 ਵਾਰੀ ਬਿਜਲੀ ਦੇ ਬਿੱਲ ਵਧਾਏ, ਆਪ ਮੁਹਾਰੇ ਲੋਕ ਬਿਜਲੀ ਦੇ ਬਿੱਲ ਫੜ ਕੇ ਸਾਡੇ ਸਾਹਮਣੇ ਆ ਰਹੇ ਨੇ ਅਤੇ ਸਰਕਾਰ ਨੂੰ ਵੱਡੀਆਂ ਵੱਡੀਆਂ ਗਾਲਾਂ ਜਿਹੜੀਆਂ ਕੋਸ ਰਹੇ ਨੇ ਸਰਕਾਰ ਨੂੰ। ਅਤੇ ਦੂਜਾ, ਗਰੀਬ ਲੋਕਾਂ ਦਾ ਝੂਮਰ ਕੱਟ ਦਿੱਤਾ, ਜਿੱਥੇ 400 ਯੂਨਿਟ ਦੀ ਮਾਫ਼ੀ ਖਤਮ ਕਰਤੀ, ਉੱਥੇ ਸਕੋਲਰਸ਼ਿਪ ਜਿਹੜੀ ਗਰੀਬ ਨੌਜਵਾਨਾਂ ਦੀ ਸੀ, ਉਹ ਸਕੋਲਰਸ਼ਿਪ ਦਾ ਪੈਸਾ ਨਹੀਂ ਦਿੱਤਾ ਜਾ ਰਿਹਾ ਹੈਗਾ। ਅਤੇ ਆਟੇ ਦਾਲ ਦੇ ਕਾਰਡ ਕੱਟੇ ਜਾ ਰਹੇ ਨੇ, ਸ਼ਗਨ ਸਕੀਮਾਂ ਬੰਦ ਪਈਆਂ, ਪੈਨਸ਼ਨਾਂ ਬੰਦ ਪਈਆਂ, ਅਤੇ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲ ਰਹੀਆਂ, DA ਦੀਆਂ ਕਿਸ਼ਤਾਂ ਨਹੀਂ ਲਾਗੂ ਕੀਤੀਆਂ ਜਾ ਰਹੀਆਂ। ਅਤੇ ਕਿਸਾਨੀ ਆਪਣੇ ਆਪ 'ਚ ਚਿੰਤਿਤ ਆ। ਜਿਹੜਾ ਇਹ ਫੈਸਲਾ ਸਰਕਾਰ ਲੈਣ ਜਾ ਰਹੀ ਆ ਮੋਟਰਾਂ 'ਤੇ ਮੀਟਰ ਲਾਉਣ ਦਾ, ਇਹਨੂੰ ਵੇਖ ਕੇ ਕਿਸਾਨੀ ਚਿੰਤਿਤ ਆ। ਪਿੰਡਾਂ ਦੇ ਵਿਕਾਸ ਲਈ ਜਿਹੜੀਆਂ ਗਰਾਂਟਾਂ ਪਿਛਲੀ ਸਰਕਾਰ ਨੇ ਦਿੱਤੀਆਂ ਸੀ, ਸਰਦਾਰ ਬਾਦਲ ਦੀ ਸਰਕਾਰ ਨੇ, ਉਹਨਾਂ ਪੈਸਿਆਂ 'ਤੇ ਰੋਕ ਲਾਤੀ, ਵਾਪਸ ਮੰਗ ਲਏ, ਬਲਕਿ ਮੰਗੇ ਵੀ ਵਿਆਜ ਸਮੇਤ। ਆ DPR ਇਸ ਹਲਕੇ ਦੀ, DPRC ਨੈਸ਼ਨਲ ਹਾਈਵੇ ਦੀ, ਉਹ ਰੋਕ ਕੇ ਰੱਖੀ ਹੋਈ ਆ। ਉਹਦੀ ਰੋਕ ਦਾ ਕਾਰਨ ਨਹੀਂ ਦੱਸ ਰਹੇ ਹੈਗੇ, ਹੌਲੀ ਹੌਲੀ ਮਤਲਬ ਉਹਦਾ ਪ੍ਰੋਸੈਸ ਜਿਹੜਾ ਬਹੁਤ ਸਲੋਲੀ ਚਲਾਇਆ ਜਾ ਰਿਹਾ। ਨਹਿਰੀ ਪਾਣੀ ਦਾ ਪ੍ਰੋਜੈਕਟ ਇਸ ਇਲਾਕੇ ਦਾ, ਉਹ ਵਾਪਸ ਲੈ ਕੇ ਹੁਣ ਅਸੀਂ ਕੇਂਦਰ ਸਰਕਾਰ ਤੋਂ ਲੈ ਕੇ ਆ ਰਹੇ ਹਾਂ। ਸੋ ਕਹਿਣ ਤੋਂ ਭਾਵ ਵੀ ਕੁਛ ਦੇਣ ਦੀ ਬਜਾਏ ਫਿਰ ਥਾਣਿਆਂ ਦੇ ਬਾਹਰ ਝੋਲੇ ਲੈ ਕੇ ਆਪਣੇ ਬੰਦੇ ਨੇ ਜਿਹੜੇ ਉਹ ਬਿਠਾ ਦਿੱਤੇ ਇਹਨਾਂ ਨੇ। ਹਰ ਪਾਸੇ ਲੁੱਟ ਅਤੇ ਹਾਹਾਕਾਰ ਮਚਾਈ ਹੋਈ ਹੈ, ਖਾਸ ਤੌਰ 'ਤੇ ਇਸ ਇਲਾਕੇ ਵਿੱਚ। ਤਾਂ ਲੋਕ ਇਹਦਾ ਜਵਾਬ ਹੁਣ NGT ਦੀਆਂ ਦੇਖੋ ਹਦਾਇਤਾਂ ਵੀ ਪਰਾਲੀ ਨਾ ਸਾੜੀ ਜਾਵੇ, ਅਤੇ ਉਹ ਬੇਸਿਕਲੀ ਜੇ ਉਹ ਹਦਾਇਤਾਂ ਨੂੰ ਪੜ੍ਹੋਗੇ ਤਾਂ ਉਹਦੇ ਵਿੱਚ ਸਾਫ਼ ਲਿਖਿਆ ਹੋਇਆ ਵੀ ਪਰਾਲੀ ਸਾੜਨ ਦੇ ਜਗ੍ਹਾ 'ਤੇ ਕੋਈ ਬਦਲਵੇਂ ਪ੍ਰਬੰਧ ਆ ਜਿਹੜੇ ਉਹ ਸਰਕਾਰਾਂ ਕਰਕੇ ਦੇਣ। ਚਲੋ ਮਾਤਰਾ ਸਾਹਿਬ, ਜਿਵੇਂ ਪਰਾਲੀ ਸਾੜਨ ਦੀ ਤੁਸੀਂ ਇਹ ਗੱਲ ਕੀਤੀ ਆ, ਕੇਂਦਰ ਸਰਕਾਰ ਨੇ 1000 ਕਰੋੜ ਰੁਪਈਆ 4 ਸਟੇਟਾਂ ਨੂੰ ਦਿੱਤਾ, ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼, ਪੰਜਾਬ। ਉਹਨਾਂ ਸਟੇਟਾਂ ਨੇ ਆਪਣੇ ਆਪਣੇ ਇਲਾਕੇ ਦੇ ਵਿੱਚ ਉਹ ਕੰਮ ਕੀਤਾ ਜਿਹੜੇ ਉਹ ਪ੍ਰੋਜੈਕਟ ਚਲਾਏ, ਪਰ ਪੰਜਾਬ ਦੇ ਵਿੱਚ ਉਹ ਪ੍ਰੋਜੈਕਟ ਸ਼ੁਰੂ ਹੀ ਨਹੀਂ ਹੋਇਆ। ਦੇਖੋ, ਕੇਵਲ ਇਹੀ ਨਹੀਂ ਕਿ ਕੇਂਦਰ ਦੇ ਆਏ ਪ੍ਰੋਜੈਕਟਾਂ ਨੂੰ ਮੈਂ ਸਮਝਦਾ ਹੁਣ 450 ਕਰੋੜ ਰੁਪਇਆ ਗਰੀਬ ਲੋਕਾਂ ਦੀ ਸਕੋਲਰਸ਼ਿਪ ਦਾ ਇਹ ਸਰਕਾਰ ਨੇ ਰੋਕ ਕੇ ਰੱਖਿਆ ਹੋਇਆ, ਕਿੱਥੇ ਗਿਆ ਕੁਛ ਨਹੀਂ ਦੱਸ ਰਹੀ। ਸਕੋਲਰਸ਼ਿਪ ਬੱਚਿਆਂ ਨੂੰ ਮਿਲ ਰਹੀ, ਕਿਤਾਬਾਂ ਬੱਚਿਆਂ ਨੂੰ ਨਹੀਂ ਮਿਲੀਆਂ, ਵਰਦੀਆਂ ਐਸੋਸੀਏਸ਼ਨ 'ਚ ਬੱਚਿਆਂ ਨੂੰ ਨਹੀਂ ਮਿਲੀਆਂ, ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ। ਅਤੇ NGT ਦੀਆਂ ਜਿਹੜੀਆਂ ਹਦਾਇਤਾਂ ਸੀ ਉਹ ਸੀ ਬਦਲਵੇਂ ਪ੍ਰਬੰਧ ਕਰਕੇ ਦੇਣ ਦੀਆਂ, ਕੋਈ ਮਸ਼ੀਨਰੀ ਉਪਲਬਧ ਕਰਾਉਣ, ਸਸਤੇ ਰੇਟਾਂ 'ਤੇ ਉਪਲਬਧ ਕਰਾਉਣ। ਕਿਸਾਨ ਤਿਆਰ ਆ, ਕਿਸਾਨ ਨੂੰ ਕੋਈ ਸਮੱਸਿਆ ਨਹੀਂ, ਪਰ ਬਦਲਵੇਂ ਪ੍ਰਬੰਧ ਹੋਣ, ਕਿਸਾਨ ਨੂੰ ਕੋਈ ਸਮੱਸਿਆ ਨਾ ਆਵੇ। ਕਿਸਾਨ ਕੌਣ ਚਾਹੁੰਦਾ ਧੂੰਏ ਦੇ ਵਿੱਚ ਮਰਨਾ? ਧੂੰਆਂ ਪ੍ਰਦੂਸ਼ਣ ਆ, ਪਰ ਬਿਨਾਂ ਰੋਟੀ ਤੋਂ ਵੀ ਮਰਨਾ ਹੈ ਅਤੇ ਧੂੰਏ ਨਾਲ ਵੀ ਮਰਨਾ। ਹਾਲਾਤ ਬਦਲਵੇਂ ਪ੍ਰਬੰਧਾਂ ਵਾਸਤੇ ਹੀ ਜਿਹੜਾ 250 ਕਰੋੜ ਪੰਜਾਬ ਵਿੱਚ ਆਇਆ ਹੋਇਆ, ਉਹਦੇ ਲਈ ਤੁਸੀਂ ਵਿਧਾਨ ਸਭਾ ਦੇ ਵਿੱਚ MLA ਹੋ, ਤੁਸੀਂ ਰੌਲਾ ਨਹੀਂ ਪਾ ਰਹੇ ਵੀ ਇਹ ਜਿਹੜੇ ਪੈਸੇ ਆਏ ਉਹਨੂੰ ਕਿਉਂ ਨਹੀਂ ਲਗਾਇਆ ਜਾ ਰਿਹਾ? ਬਿਲਕੁਲ ਜੀ, ਅਕਾਲੀ ਦਲ ਦਾ ਵੱਖ ਵੱਖ ਪਲੇਟਫਾਰਮਾਂ ਦੇ ਉੱਤੇ ਇਹੀ ਰੌਲਾ ਪਾ ਰਿਹਾ ਵੀ ਕੇਂਦਰ ਸਰਕਾਰ ਵੀ ਸਹਾਇਤਾ ਦੇ ਰਹੀ ਹੈ। ਵੈਸੇ ਪੰਜਾਬ ਸਰਕਾਰ ਦੀ ਆਪਣੇ ਤੌਰ ਦੇ ਉੱਤੇ ਨੈਤਿਕ ਡਿਊਟੀ ਬਣਦੀ ਹੈ, ਕਿਉਂਕਿ ਕੋਈ ਕੇਂਦਰ ਸਰਕਾਰ ਦਾ ਫੈਸਲਾ ਨਹੀਂ ਜਾਂ ਕਿਸੇ ਇਹ NGT ਦਾ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ। ਅਤੇ ਵਧੀਆ, ਮੈਂ ਸਮਝਦਾ ਫੈਸਲਾ ਵਧੀਆ ਵੀ ਬਦਲਵੇਂ ਪ੍ਰਬੰਧ ਕਰਕੇ ਦਿੱਤੇ ਜਾਣ, ਪਰ ਬਦਲਵੇਂ ਪ੍ਰਬੰਧ ਤਾਂ ਹੁਣ ਸਰਕਾਰ ਨੂੰ ਆਦੇਸ਼ ਦਿੱਤੇ ਆ ਨਾ, ਅਤੇ ਜਿੰਨੀ ਦੇਰ ਤੱਕ ਬਦਲਵੇਂ ਪ੍ਰਬੰਧ ਨਹੀਂ ਹੁੰਦੇ ਤੁਸੀਂ ਥੋਪ ਨਹੀਂ ਨਾ ਸਕਦੇ ਉਹਨਾਂ 'ਤੇ ਫੈਸਲਾ।
ਵੀ ਤੁਸੀਂ SMS ਲਗਾਓ, ਤੁਸੀਂ ਜੇ ਵੱਡੇ ਵੱਡੇ ਜੁਰਮਾਨੇ ਉਹਨਾਂ ਨੂੰ ਦੇ ਦਿੰਦੇ ਹਾਂ, ਇਹ ਤਾਂ ਆਪਣੀ ਕਮਜ਼ੋਰੀ ਲੁਕੋ ਕੇ ਦੂਜਿਆਂ ਦੇ ਜੇਬਾਂ ਵਿੱਚ ਹੱਥ ਪਾਉਣ ਦਾ ਕਾਰਨ ਆ। ਇਹ ਡਿਊਟੀ ਸਰਕਾਰ ਦੀ ਆ, ਲੋਕਾਂ ਦੀ ਜੇਬਾਂ 'ਚ ਨਾ ਹੱਥ ਪਾਓ। ਚੰਦੂ ਮਾਦਰਾ ਸਾਹਿਬ, ਜਿਵੇਂ ਹੁਣ ਤੇਲ ਦੀਆਂ ਕੀਮਤਾਂ ਵਧੀਆਂ, ਪੈਟਰੋਲ ਅਤੇ ਡੀਜ਼ਲ ਦੀ ਕੀਮਤ ਦੇ ਉੱਤੇ ਲੋਕਾਂ ਵਿੱਚ ਹਾਹਾਕਾਰ ਮੱਚੀ ਹੋਈ ਆ, ਇਹ ਤਾਂ ਕੇਂਦਰ ਦਾ ਜਿਹੜਾ ਕੇਂਦਰ ਦੇ ਹੱਥ ਵਿੱਚ ਨਾ। ਦੇਖੋ, ਇਹ ਜਿਹੜੀਆਂ ਕੀਮਤਾਂ ਨੇ ਇਹਨਾਂ ਨੂੰ ਬਹੁਤ ਸਮਝਣ ਦੀ ਜ਼ਰੂਰਤ ਆ। ਨਿਸ਼ਚਿਤ ਤੌਰ ਦੇ ਉੱਤੇ ਮੈਂ ਕਹਿ ਸਕਦਾ, ਕੋਈ ਸ਼ੱਕ ਨਹੀਂ ਇਸ ਗੱਲ 'ਚ ਵੀ ਜੇ GST ਦੇ ਘੇਰੇ ਵਿੱਚ ਆਉਣ ਕੀਮਤਾਂ ਤਾਂ ਘੱਟੋ ਘੱਟ 25 ਰੁਪਏ ਲੀਟਰ ਪਿੱਛੇ ਡੀਜ਼ਲ ਦਾ ਰੇਟ ਘਟਾਇਆ ਜਾ ਸਕਦਾ। ਪਰ ਮੈਂ ਇਹ ਕਹਿਣਾ ਚਾਹੁੰਦਾ, ਦੇਖੋ ਲੋਕ ਸਭਾ ਵਿੱਚ ਇਹਨਾਂ ਦੇ ਨੁਮਾਇੰਦੇ ਨੇ, ਆ ਸਰਕਾਰ ਆ ਪੰਜਾਬ ਵਿੱਚ, ਇਹਨਾਂ ਦੀ ਵਿੱਤ ਮੰਤਰੀ ਮੁੱਖ ਮੰਤਰੀ ਇਹਨਾਂ ਦੇ ਨੇ, ਕਿ ਕੇਵਲ ਹਿੰਦੁਸਤਾਨ ਦੀ ਲੋਕ ਸਭਾ ਵਿੱਚ ਜਦੋਂ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂਮਾਜਰਾ ਸਾਹਿਬ ਨੇ ਇਹ ਆਵਾਜ਼ ਚੁੱਕੀ ਕਿ ਡੀਜ਼ਲ ਨੂੰ, ਡੀਜ਼ਲ ਅਤੇ ਪੈਟਰੋਲ ਨੂੰ GST ਦੇ ਘੇਰੇ ਵਿੱਚ ਲਿਆਂਦਾ ਜਾਵੇ, ਤਾਂ ਸਾਥ ਦੇਣ ਲਈ ਇਹਨਾਂ ਦੇ MP ਉੱਥੇ ਕਿਉਂ ਨਹੀਂ ਖੜ੍ਹੇ ਹੋਏ? ਜਿਹੜਾ ਪਲੇਟਫਾਰਮ ਆ ਜਿੱਥੋਂ ਹੋਣਾ, ਬਾਹਰ ਤਾਂ ਪੁਤਲੇ ਸਾੜੇ ਇਹਨਾਂ ਨੇ, ਜਿੱਥੇ ਗੱਲ ਚੁੱਕੀ ਜਾ ਰਹੀ ਸੀ ਉੱਥੇ ਮੁੱਦੇ ਦੀ ਸਮਰਥਨ ਵੀ ਨਹੀਂ ਕਰ ਸਕੇ। ਕਾਰਨ ਕੀ ਆ, ਅਸਲ ਮਾਇਨਿਆਂ ਵਿੱਚ ਕੀ ਆ ਵੀ ਦੇਖੋ, ਪਿਛਲੀ ਸਰਕਾਰ ਦੇ ਸਮੇਂ 3500 ਕਰੋੜ ਰੁਪਏ ਦੇ ਲਗਭਗ ਜਿਹੜਾ VAT ਕਲੈਕਸ਼ਨ ਹੁੰਦੀ ਸੀ, ਕੇਂਦਰ ਸਰਕਾਰ ਦੀ ਐਕਸਾਈਜ਼ ਡਿਊਟੀ ਆ ਜਿਹੜੀ ਫਿਕਸ ਆ, ਉਹ 19 ਰੁਪਏ ਦੇ ਲਗਭਗ ਆ, ਅਤੇ ਜਿੰਨਾ ਅਤੇ ਜਿਹੜੀ ਪੰਜਾਬ ਸਰਕਾਰ VAT ਕਲੈਕਟ ਕਰਦੀ ਆ, ਇਹ ਕਰਦੀ ਆ ਜਿੰਨਾ ਰੇਟ ਬਣ ਕੇ ਆ ਗਿਆ, ਐਕਸਾਈਜ਼ ਡਿਊਟੀ ਲੱਗ ਕੇ ਆ ਗਿਆ, ਉਹਦੇ ਉੱਤੇ ਪਰਸੈਂਟੇਜ ਆ ਵੀ ਇੰਨੇ % ਫਿਰ VAT ਅਸੀਂ ਵਸੂਲਣਾ। ਹੁਣ ਪਿਛਲੀ ਸਰਕਾਰ ਦੇ ਵਿੱਚ ਇਹ VAT ਕਲੈਕਸ਼ਨ ਸੀ 3500 ਕਰੋੜ ਰੁਪਏ, ਕਿਉਂਕਿ ਡੀਜ਼ਲ ਦੇ ਰੇਟ ਘੱਟ ਸੀਗੇ, ਪੈਟਰੋਲ ਦੇ ਰੇਟ ਘੱਟ ਸੀ। ਅੱਜ ਇਹ ਕਲੈਕਸ਼ਨ ਲਗਭਗ 7500 ਕਰੋੜ ਰੁਪਏ ਦੇ ਕਰੀਬ ਆ, ਦੁੱਗਣੀ। ਸੋ ਦੁੱਗਣੀ ਆ। ਅਸੀਂ ਇਹਨਾਂ ਨੂੰ ਇਹ ਬੇਨਤੀ ਕਰਦੇ ਹਾਂ, ਸਰਕਾਰ ਨੂੰ ਵਾਰ ਵਾਰ ਇਹ ਕਹਿੰਦੇ ਹਾਂ ਵੀ ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ 6000 ਕਰੋੜ ਛੱਡ ਸਕਦੇ ਆ, ਤੁਸੀਂ ਜਿਹੜਾ ਆਹ 5000 ਕਰੋੜ ਰੁਪਇਆ ਵਾਧੂ ਕਮਾ ਰਹੇ ਹੋ, 4-5000 ਕਰੋੜ ਰੁਪਇਆ ਜਿਹੜਾ ਵਾਧੂ ਕਮਾ ਰਹੇ ਹੋ, ਇਹ ਛੱਡ ਦਿਓ ਅਤੇ ਘੱਟੋ ਘੱਟ 20 ਰੁਪਏ ਲੀਟਰ ਡੀਜ਼ਲ ਦੇ ਰੇਟ ਘਟਣਗੇ। ਪਰ ਇਹ ਨਾ ਤਾਂ ਇਹ ਮਤਲਬ ਇਹ ਸੋਚ ਰਹੇ ਹਾਂ ਵੀ ਲੋਕਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕੁਛ, ਇੱਕ ਤਾਂ ਇਸ ਤਰੀਕੇ ਨਾਲ ਲੋਕਾਂ ਦੀ ਜੇਬਾਂ 'ਚ ਹੱਥ ਪਾ ਰਿਹਾ, ਖਜ਼ਾਨਾ ਭਰ ਰਹੇ ਹਾਂ ਆਪਣਾ, ਪਰ ਲੋਕ ਖਾਲੀ। ਅਤੇ ਦੂਜਾ, GST ਕੌਂਸਲ ਦੇ ਵਿੱਚ ਵਿੱਤ ਮੰਤਰੀ ਮੁੱਦਾ ਨਹੀਂ ਚੱਕਦੇ, ਇਹ ਰੱਖਦੇ ਨਹੀਂ ਪ੍ਰਭਾਵਸ਼ਾਲੀ ਢੰਗ ਨਾਲ, ਡਿਊਟੀ ਬਣਦੀ ਇਹਨਾਂ ਦੀ ਵਿੱਤ ਮੰਤਰੀ ਨੇ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ, ਖੇਤੀ ਪ੍ਰਧਾਨ ਸੂਬਾ ਪੰਜਾਬ, ਵੀ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਇਕੱਠਾ ਕਰਨ, ਰੱਖਣ ਪੱਖ GST ਕੌਂਸਲ ਦੇ ਵਿੱਚ, ਪਰ ਰੱਖਦੇ ਕਿਉਂ ਨਹੀਂ? ਸਿਰਫ ਇਸ ਨਜ਼ਰੀਏ ਨਾਲ ਨਹੀਂ ਰੱਖ ਰਹੇ ਵੀ ਸਾਨੂੰ 5000 ਕਰੋੜ ਰੁਪਏ ਦੀ ਜਿਹੜੀ VAT ਕਲੈਕਸ਼ਨ ਆ, ਜੇ GST ਦੇ ਘੇਰੇ 'ਚ ਆ ਗਿਆ ਫਿਰ VAT ਖਤਮ ਹੋ ਜਾਂਦਾ, ਫਿਰ VAT ਨਹੀਂ ਲੱਗਣਾ, ਵੀ ਸਾਨੂੰ 5000 ਕਰੋੜ ਰੁਪਏ ਦਾ ਘਾਟਾ ਪੈ ਜਾਊਗਾ। ਇਸ ਸਿਰਫ ਇਹ ਨਜ਼ਰੀਏ ਕਰਕੇ ਮੈਂ ਸਮਝਦਾ ਇੱਕ ਹੋਰ ਜ਼ਰੀਆ ਇਹ ਲੋਕਾਂ ਦੀ ਲੁੱਟਣ ਦਾ। ਸੋ ਇਹਦੇ ਵਿੱਚ ਵੀ ਪੰਜਾਬ ਸਰਕਾਰ ਬੁਰੀ ਤਰ੍ਹਾਂ ਨਾਲ ਘੁਰਦੀ ਆ, ਆਪਣੀ ਜ਼ਿੰਮੇਵਾਰੀ ਤੋਂ ਦੂਜੇ ਵੱਲ ਉਂਗਲ ਚੁੱਕੇ, ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੀ, ਜੋ ਜ਼ਿੰਮੇਵਾਰੀ ਕੇਂਦਰ ਦੀ ਹੈ ਕੇਂਦਰ ਨੂੰ ਨਿਭਾਉਣੀ ਪੈਣੀ ਆ, ਨਿਭਾਵੇ, ਸਾਡੀ ਲੜਾਈ ਚੱਲ ਰਹੀ ਆ। ਪਰ ਸੂਬਾ ਸਰਕਾਰ ਆਪਣਾ ਪੱਖ ਮਜ਼ਬੂਤ ਕਰੇ, ਜਿਸ ਦਿਨ ਇੱਥੇ ਤੁਸੀਂ VAT ਘਟਾ ਤਿਆ ਤਾਂ ਬਹੁਤ ਪੱਖ ਮਜ਼ਬੂਤ ਹੋਊਗਾ ਕਿ ਹਾਂ ਇਹ ਵਾਕਈ ਸਿੰਸੀਅਰਲੀ ਮੰਗਦੇ ਨੇ ਡੀਜ਼ਲ ਦੇ ਰੇਟ ਘਟਾਉਣਾ। ਚੰਦੂ ਮਾਦਰਾ ਸਾਹਿਬ, ਤੁਸੀਂ ਪੜ੍ਹੇ ਲਿਖੇ ਵਿਧਾਇਕ ਹੋ, ਸੂਝਵਾਨ ਵਿਧਾਇਕ ਹੋ, ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਮੈਂ ਇੱਕ ਸਵਾਲ ਤੁਹਾਡੇ ਤੋਂ ਪੁੱਛਣਾ, ਉਹ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਜਵਾਬ ਦਿਓ। ਜਿਹੜੀ ਵੀ ਸਰਕਾਰ ਆਉਂਦੀ, ਜਿਹੜੀ ਪਾਰਟੀ ਦੀ ਆਉਂਦੀ, ਉਹ ਪਿਛਲੇ ਜੋ ਸਰਪੰਚ ਹੁੰਦੇ ਆ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ, ਉਹਨਾਂ ਦੇ ਪਰਚੇ ਕਰਾਏ ਜਾਂਦੇ ਆ, ਇਹ ਰੁਝਾਨ ਜਿਹੜਾ ਆ ਇਹਨੂੰ ਰੋਕਣ ਵਾਸਤੇ ਕੋਈ ਤੁਸੀਂ ਆਵਾਜ਼ ਉਠਾਓਗੇ? ਦੇਖੋ, ਮੈਂ ਸਮਝਦਾ ਵੀ ਨਿਸ਼ਚਿਤ ਤੌਰ 'ਤੇ ਗਲਤ ਪਿਰਤਾਂ ਨੇ, ਪਰ ਜਿਸ ਢੰਗ ਦੇ ਨਾਲ ਹੁਣ ਸਰਪੰਚਾਂ ਦਾ ਰਿਕਾਰਡ ਚੁੱਕ ਕੇ, ਕੰਮ ਵਿਕਾਸ ਦੇ ਰੋਕ ਕੇ, ਥਾਣਿਆਂ ਵਿੱਚ ਬੁਲਾ ਕੇ ਜ਼ਲੀਲ ਕੀਤਾ ਜਾ ਰਿਹਾ, ਪੰਚਾਇਤੀ ਰਾਜ ਸਿਸਟਮ ਆਪਣੇ ਆਪ ਵਿੱਚ ਖਤਰੇ 'ਚ ਪਾਤਿਆ। ਖਾਸ ਤੌਰ 'ਤੇ ਮੇਰੇ ਇਲਾਕੇ ਦੇ ਵਿੱਚ ਤਾਂ ਮੈਂ ਕਹਿ ਸਕਦਾ ਲੁੱਟ ਦਾ ਕੇਂਦਰ ਬਣਾ ਤੇ, ਕੇਂਦਰ ਬਣਾ ਤੇ, ਬਾਹਰੋਂ ਲਿਆ ਲਿਆ ਲੋਕ ਬਿਠਾ ਤੇ, ਹਾਹਾਕਾਰ ਮਚਾਈ ਹੋਈ ਆ, ਛੱਪੜ ਤੱਕ ਨਹੀਂ ਲੋਕਾਂ ਦੇ ਛੱਡੇ ਜਾ ਰਹੇ ਪਿੰਡਾਂ ਦੇ, ਉਹਨਾਂ 'ਤੇ ਕਬਜ਼ੇ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ, ਜ਼ਮੀਨਾਂ 'ਤੇ ਕਬਜ਼ੇ ਹੋ ਰਹੇ ਨੇ। ਸੋ ਕਿਹੜੀ ਕਿਹੜੀ ਦੁੱਖ ਦੀ ਦਰਦ ਤੁਹਾਨੂੰ ਵੀ ਸਭ ਕੁਝ ਜਿਹੜਾ ਹੋ ਰਿਹਾ। ਸਭ ਤੋਂ ਵੱਡੀ ਗੱਲ ਦੇਖੋ, ਕੱਲ੍ਹ ਇੱਥੋਂ ਦਾ ਹਲਕਾ ਇੰਚਾਰਜ, ਪਹਿਲੀ ਗੱਲ ਤਾਂ
ਮੇਰਾ ਇੱਕ ਸਵਾਲ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਵੀ ਤੁਸੀਂ ਤਾਂ ਕਹਿੰਦੇ ਹਲਕਾ ਇੰਚਾਰਜਾਂ ਦਾ ਮੈਂ ਭੋਗ ਹੀ ਪਾ ਤਿਆ, ਵਿਧਾਨ ਸਭਾ ਵਿੱਚ ਕਹੀ ਆ ਉਹਨਾਂ ਨੇ ਗੱਲ, ਅਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਵੀ ਤੁਹਾਡੇ ਮੋਤੀ ਮਹਿਲ ਦੇ ਨਾਲ ਲੱਗਦੇ ਹਲਕੇ ਦੇ ਵਿੱਚ ਇੱਕ ਵਿਅਕਤੀ ਆ, ਉਹ ਹਲਕਾ ਇੰਚਾਰਜ ਕਹਾ ਰਿਹਾ ਆਪਣੇ ਆਪ ਨੂੰ, ਅਤੇ ਉਹਦੀ ਸਰਪ੍ਰਸਤੀ ਦੇ ਥੱਲੇ ਸੱਟੇ ਦੀਆਂ ਦੁਕਾਨਾਂ ਚੱਲ ਰਹੀਆਂ, ਨਜਾਇਜ਼ ਸ਼ਰਾਬ ਵਿਕਰੀ ਆ, ਨਸ਼ੇ ਦਾ ਕਾਰੋਬਾਰ ਚੱਲ ਰਿਹਾ, ਅਤੇ ਫਿਰ ਉਹ ਦਬਕੇ ਮਾਰਦਾ ਲੋਕਾਂ ਨੂੰ ਪਿੰਡਾਂ ਦੇ ਵਿੱਚ ਵੀ ਤੁਸੀਂ ਸਿਰ ਵੱਢ ਲਿਆਓ ਆਪਣੇ ਵਿਰੋਧੀਆਂ ਦਾ, ਮੈਂ ਤੁਹਾਨੂੰ ਉਂਗਲ ਨਹੀਂ ਲੱਗਣ ਦਊਂਗਾ, ਅਤੇ ਉਹ ਵਿਅਕਤੀ ਕੱਲ੍ਹ ਪੰਜੇਟੇ ਪਿੰਡ ਗਿਆ ਸ਼ਰੇਆਮ ਕਹਿ ਕੇ ਆਇਆ ਤੁਸੀਂ ਇਹਨੂੰ ਢਾ ਲਓ, ਤੁਸੀਂ ਇਹਨੂੰ ਵੱਢ ਦਿਓ, ਇਹ 10 ਨੰਬਰੀ ਇਹ ਲੋਕ ਇਹੋ ਜਿਹੀਆਂ ਗੱਲਾਂ ਕਰਦੇ ਹੁੰਦੇ ਨੇ ਕੈਪਟਨ ਸਾਹਿਬ, ਇਹੋ ਜਿਹੇ ਲੋਕ ਤੁਹਾਡਾ ਨਾਂ ਲੈ ਕੇ ਇਹ ਕਹਿ ਰਹੇ ਨੇ ਵੀ ਮੈਨੂੰ ਕੈਪਟਨ ਸਾਹਿਬ ਦੀ ਸਰਪ੍ਰਸਤੀ ਹਾਸਲ ਆ, ਮੈਨੂੰ ਮਹਾਰਾਣੀ ਪ੍ਰਨੀਤ ਕੌਰ ਜੀ ਦੀ ਸਰਪ੍ਰਸਤੀ ਹਾਸਲ ਆ, ਅਤੇ ਤੁਸੀਂ ਚੁੱਪ ਹੋ, ਘੱਟੋ ਘੱਟ ਤੁਹਾਨੂੰ ਆਪਣਾ ਸਪੱਸ਼ਟੀਕਰਨ ਦੇਣਾ ਚਾਹੀਦਾ, ਅਤੇ ਐਸੇ ਲੋਕਾਂ ਨੂੰ ਇਹ ਰਾਜਨੀਤੀ ਕਰਨ ਵਾਲੇ ਲੋਕ ਥੋੜ੍ਹੀ ਨੇ, ਇੱਦਾਂ ਦੀ ਭਾਸ਼ਾ ਰਾਜਨੀਤੀ ਕਰਨ ਵਾਲੇ ਲੋਕਾਂ ਦੀ ਥੋੜ੍ਹੀ ਹੁੰਦੀ ਆ। ਸੋ ਮੈਂ ਸਮਝਦਾ ਵੀ ਸਾਨੂੰ ਨਵੀਆਂ ਪਿਰਤਾਂ ਪਾਉਣੀਆਂ ਪੈਣਗੀਆਂ, ਚੰਗੀਆਂ ਪਿਰਤਾਂ ਪਾਉਣੀਆਂ ਚਾਹੀਦੀਆਂ। ਦੇਖੋ ਅੱਜ ਜਿਹਨਾਂ ਰਾਹਾਂ ਜਿਹੜੀਆਂ ਪਿਰਤਾਂ ਜਿਹੜੀਆਂ ਲੀਹਾਂ ਅਸੀਂ ਪਾ ਰਹੇ ਹਾਂ, ਸਾਡੇ ਪਿੱਛੋਂ ਉਹਨਾਂ ਲੀਹਾਂ 'ਤੇ ਕਿਸੇ ਨੇ ਤੁਰਨਾ, ਉਹਨਾਂ ਲੀਹਾਂ 'ਤੇ ਕਿਸੇ ਨੇ ਤੁਰਨਾ। ਜੇ ਅਸੀਂ ਆਗੂ ਕਹਾਉਂਦੇ ਹਾਂ ਆਪਣੇ ਆਪ ਨੂੰ, ਜ਼ਿੰਮੇਵਾਰ ਲੋਕ ਕਹਾਉਂਦੇ ਆਪਣੇ ਆਪ ਨੂੰ, ਤਾਂ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਸਮਾਜ ਵਿੱਚ ਵੀ ਕੁਝ ਚੰਗੀਆਂ ਸੇਧਾਂ ਦੇਣ ਵਾਲੀਆਂ ਪਿਰਤਾਂ ਅਸੀਂ ਪਾਈਏ। ਚੰਦਮਰਾ ਸਾਹਿਬ, ਇੱਕ ਜਦੋਂ ਚੋਣਾਂ ਆਉਂਦੀਆਂ ਉਸ ਸਮੇਂ ਸਰਕਾਰ ਦੇ ਪ੍ਰਸ਼ਾਸਨਿਕ ਬੰਦੇ ਕੁਝ ਫਾਰਮ ਲੈ ਕੇ ਪਿੰਡਾਂ ਵਿੱਚ ਫਾਰਮ ਭਰਨ ਚਲੇ ਜਾਂਦੇ ਆ, ਦਲਿਤ ਲੋਕਾਂ ਨੂੰ ਲਵਾਉਣ ਵਾਸਤੇ ਉਹਨਾਂ ਨੂੰ ਵੱਖ ਵੱਖ ਸਕੀਮਾਂ ਦਾ ਜਿਹੜਾ ਉਹ ਚਾਂਸਾ ਦਿੱਤਾ ਜਾਂਦਾ, ਪਰ ਪਿੰਡਾਂ ਵਿੱਚ ਦਲਿਤਾਂ ਦਾ ਬਹੁਤ ਬੁਰਾ ਹਾਲ ਆ। ਅਸੀਂ ਪਿੱਛੇ ਮਹਿਮੂਦਪੁਰ ਰੁੜਕੀ ਪਿੰਡ ਜਾ ਕੇ ਵੇਖਿਆ, ਪਿੰਡਾਂ ਦੇ ਸਕੂਲਾਂ ਦਾ ਬਹੁਤ ਬੁਰਾ ਹਾਲ ਆ, ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਜ਼ਿਆਦਾਤਰ ਦਲਿਤ ਬੱਚੇ ਪੜ੍ਹਦੇ ਆ, ਅਤੇ ਇਹਦੇ ਵਾਸਤੇ ਇਹ ਇਕੱਲੀ ਕਾਂਗਰਸ ਸਰਕਾਰ ਨਹੀਂ, ਜਦੋਂ ਵੀ ਕੋਈ ਇਲੈਕਸ਼ਨ ਆਉਂਦੀ ਹੈ ਇੱਦਾਂ ਦੇ ਫਾਰਮ ਭਰੇ ਜਾਂਦੇ ਆ। ਨਹੀਂ ਖੈਰ ਅਸੀਂ ਖੈਰ ਇੱਦਾਂ ਦੇ ਕੋਈ ਫਾਰਮਾਂ ਵਾਲਾ ਰੁਝਾਨ ਆ ਨਾ, ਜਿਵੇਂ ਇਹ ਕਰਜ਼ਾ ਮਾਫ਼ੀ ਲਈ ਫਾਰਮ ਭਰਤੇ, ਸਮਾਰਟਫੋਨਾਂ ਲਈ ਫਾਰਮ ਭਰਤੇ, ਇਹ ਇੱਕ ਮਾੜੀਆਂ ਪਿਰਤਾਂ। ਦੇਖੋ ਇਹ 2-3 ਚੀਜ਼ਾਂ ਜਿਹੜੀਆਂ ਸ਼ੁਰੂ ਹੋ ਗਈਆਂ, ਇੱਕ ਤਾਂ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਇਹ ਚੰਗੀ ਚੀਜ਼ ਆ, ਨਵੀਂ ਟੈਕਨੋਲੋਜੀ ਹੈ, ਪਰ ਉਹਦੇ ਜ਼ਰੀਏ ਜਿਹੀ ਜਿਹੀਆਂ ਗੁੰਮਰਾਹਕੁਨ ਗੱਲਾਂ ਐਵੇਂ ਆਪਣੇ ਆਪ ਬਣਾ ਬਣਾ ਕੇ ਲੋਕਾਂ ਦੇ ਫੋਟੋ ਕਿਸੇ ਹੋਰ ਦੀ ਹੁੰਦੀ ਆ, ਉਹਦੇ ਥੱਲੇ ਲਿਖ ਦਿੰਦੇ ਆ ਵੀ ਇਹ ਫਲਾਣੇ ਸਿੰਘ ਦੀ ਫੋਟੋ ਆ, ਇਹ ਮਤਲਬ ਗੁੰਮਰਾਹਕੁਨ ਗੱਲਾਂ ਨੇ ਜਿਹੜੀਆਂ, ਅਤੇ ਰਾਜਨੀਤੀ ਨੂੰ ਕਿਸੇ ਦੂਸਰੇ ਪਾਸੇ ਨੂੰ ਲੈ ਕੇ ਜਾ ਰਹੀ ਹੈ, ਸੌਖੀ ਕਰਤੀ ਰਾਜਨੇਤਾਵਾਂ ਵਾਸਤੇ ਰਾਜਨੀਤੀ, ਲੋੜ ਹੀ ਨਹੀਂ ਰਹੀ। ਹੁਣ ਕੋਈ ਬੰਦਾ ਲੰਗਰ ਦੇ ਵਿੱਚ ਚੱਲਦੇ ਲੰਗਰ ਦੇ ਵਿੱਚ ਬਾਲਟੀ ਚੁੱਕਦਾ ਲੀਡਰ, ਅਤੇ ਉਹਦਾ ਪੀਏ ਫੋਟੋ ਖਿੱਚਦਾ, ਉਹ ਫੋਟੋ ਫੇਸਬੁੱਕ 'ਤੇ ਪਾ ਦਿੰਦੇ ਆ ਵੀ ਉੱਥੇ ਬਾਲਟੀ ਰੱਖ ਕੇ ਉਹ ਚਲਿਆ ਜਾਂਦਾ, ਅਤੇ ਫੇਸਬੁੱਕ 'ਤੇ ਪੋਸਟ ਪਾਈ ਹੁੰਦੀ ਆ ਵੀ ਨੇਤਾ ਜੀ ਲੰਗਰ ਦੀ ਸੇਵਾ ਕਰਦੇ ਹੋਏ। ਮਤਲਬ ਰਾਜਨੀਤੀ ਜਿਹੜੀ ਹੈਗੀ ਆ ਫੋਟੋ ਕਲਚਰ 'ਚ ਤਬਦੀਲ ਹੋ ਗਈ, ਇੱਕ ਨਵਾਂ ਕਲਚਰ ਉਭਰਿਆ ਹੈ ਫੋਟੋ ਕਲਚਰ, ਅਤੇ ਇਹਨੇ ਮੈਂ ਸਮਝਦਾ ਸਭ ਕੁਝ ਮੁੱਦੇ ਨੇ ਜਿਹੜੇ ਵਿੱਚੇ ਰੱਖਦੇ। ਜਿੱਥੋਂ ਤੱਕ ਤੁਸੀਂ ਸਕੂਲਾਂ ਦੀ ਗੱਲ ਕੀਤੀ ਆ, ਮੈਂ ਇਸ ਇਲਾਕੇ ਦਾ ਵਕੀਲ ਹਾਂ, ਅਤੇ ਮੇਰਾ ਵਾਅਦਾ ਮੈਨੂੰ ਯਕੀਨ ਆ ਪੂਰਾ। ਦੇਖੋ ਮੈਂ ਪਹਿਲਾਂ ਇਸ ਏਰੀਏ ਦੇ ਵਿੱਚ ਸਮਾਰਟ ਸਕੂਲ ਆਏ, ਮੈਂ ਬੜੇ ਮਾਣ ਨਾਲ ਕਹਿਣਾ ਦਾਅਵੇ ਨਾਲ ਕਹਿਣਾ ਇਹ ਗੱਲ, ਭਾਵੇਂ ਸਰਕਾਰ ਵਿਰੋਧੀ ਆ, ਪਰ ਮੈਂ ਇਹਨਾਂ ਜਦੋਂ ਮੈਨੂੰ ਪਤਾ ਲੱਗਿਆ ਵੀ ਸਮਾਰਟ ਸਕੂਲਾਂ ਦਾ ਪ੍ਰੋਜੈਕਟ ਚੱਲਦਾ, ਅਤੇ ਮੈਂ ਪੇਸ਼ ਕੀਤਾ ਆਪਣਾ ਦਾਅਵਾ, ਅਤੇ ਚਲੋ ਧੰਨਵਾਦ ਸਰਕਾਰ ਦਾ ਜਿਨ੍ਹਾਂ ਨੇ ਉਹ ਦਾਅਵਾ ਮੰਨਿਆ। ਪਰ ਇਹ ਸਕੂਲਾਂ ਵਾਸਤੇ ਕੇਂਦਰ ਸਰਕਾਰ ਦੇ ਸਰਵ ਸਿੱਖਿਆ ਅਭਿਆਨ ਦੇ ਵਿੱਚੋਂ ਅਸੀਂ ਵੱਡੀ ਗਿਣਤੀ ਦੇ ਵਿੱਚ ਇਸ ਸਾਲ ਦੇ ਵਿੱਚ ਜਿਹੜਾ ਹੈਗਾ, ਤੁਸੀਂ ਕਾਫੀ ਪਹਿਲਾਂ ਵੀ ਪੈਸਾ ਕਾਫੀ ਆਇਆ ਅਤੇ ਹੁਣ ਹੋਰ ਆਊਗਾ, ਮਤਲਬ ਨਵੇਂ ਸਕੂਲ ਬਣਾਉਣਾ। ਦੇਖੋ ਪਿਛਲੀ ਸਰਕਾਰ ਨੇ ਸਿੱਖਿਆ ਖੇਤਰ ਵਿੱਚ ਭਾਵੇਂ ਅਸੀਂ ਚਮਤਕਾਰ ਦੀ ਆਸ ਤਾਂ ਨਹੀਂ ਆਪਾਂ ਕਹਿ ਸਕਦੇ, ਪਰ ਇੱਕ ਕੋਸ਼ਿਸ਼ ਕੀਤੀ ਕਿਤੇ ਮੈਰੀਟੋਰੀਅਸ ਸਕੂਲ ਖੋਲ੍ਹੇ, ਕਿਤੇ ਜਿਹੜੇ ਸਕੂਲਾਂ ਨੂੰ ਤਾਲੇ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀਗੀਆਂ, ਅਸੀਂ ਉਹਨਾਂ ਸਕੂਲਾਂ 'ਚ ਟੀਚਰ ਲੈ ਕੇ ਆਏ। ਅੱਜ ਫਿਰ ਇਹ ਸਰਕਾਰ ਨੂੰ ਚਾਹੀਦਾ ਵੀ ਜਦੋਂ ਟੀਚਰਾਂ ਦੀਆਂ ਅਸਾਮੀਆਂ ਖਾਲੀ ਹੋਈਆਂ ਤਾਂ ਟੀਚਰ ਲੈ ਕੇ ਆਉਣ। ਦੂਜੀ ਗੱਲ, ਅਧਿਆਪਕ ਤਾਂ ਪੜ੍ਹਾ ਸਕੂਗਾ ਜੇ ਅਧਿਆਪਕ ਖੁਸ਼ ਹੋਊਗਾ, ਜੇ ਉਹਨੂੰ ਉਹਦਾ ਪੂਰਾ ਮਿਹਨਤ ਨਾ ਮਿਲ ਰਿਹਾ ਹੋਊਗਾ।
ਅੱਜ ਤਨਖਾਹਾਂ ਨੂੰ ਉਡੀਕ ਰਹੇ ਨੇ ਅਧਿਆਪਕ। ਸਭ ਤੋਂ ਵੱਡੀ ਮਾਰ ਮੁਲਾਜ਼ਮਾਂ ਦੇ ਵਿੱਚੋਂ ਜੇ ਕਿਸੇ ਖੇਤਰ ਨੂੰ ਪੈ ਰਹੀ ਆ ਤਾਂ ਅਧਿਆਪਕ ਵਰਗ ਨੂੰ ਪੈ ਰਹੀ ਆ। ਸੋ ਸਰਕਾਰ ਨੂੰ ਮੈਂ ਸਮਝਦਾ ਦਿਸ਼ਾ ਦੇਣ ਵਾਸਤੇ ਇਹ ਚੋਣਾਂ ਹੀ ਇੱਕ ਜ਼ਰੀਆ ਜਿਹੜੇ ਸਰਕਾਰ ਨੂੰ ਜਗਾਉਣ। ਅਧਿਆਪਕਾਂ ਤੋਂ ਇਲਾਵਾ ਇਨਫਰਾਸਟ੍ਰਕਚਰ ਜੋ ਢਾਂਚਾ ਆ, ਇਮਾਰਤਾਂ ਆ, ਉਹਨਾਂ ਦਾ ਵੀ ਬਹੁਤ। ਦੇਖੋ, ਸਰਵ ਸਿੱਖਿਆ ਅਭਿਆਨ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਪੈਸਾ ਆਊਗਾ ਇਸ ਇਲਾਕੇ ਦੇ ਵਿੱਚ, ਇਹ ਮੇਰਾ ਵਾਅਦਾ। ਅਤੇ ਪਰ ਮੁੱਖ ਮੰਤਰੀ ਸਾਹਿਬ ਨੂੰ ਨਿੱਜੀ ਰੂਪ ਵਿੱਚ ਸਿਹਤ, ਸਿੱਖਿਆ ਇਹਨਾਂ ਖੇਤਰਾਂ ਵੱਲ ਦਿਲਚਸਪੀ ਨਾਲ ਜਿਹੜਾ ਹੈਗਾ ਕੰਮ ਕਰਨਾ ਪਊਗਾ। ਤੁਸੀਂ ਕਿਹਾ ਕਿ ਮੈਂ ਇਸ ਹਲਕੇ ਦਾ ਵਕੀਲ ਹਾਂ, ਸਰਕਾਰ ਕਾਂਗਰਸ ਦੀ ਹੈ, ਆਉਣ ਵਾਲੇ ਸਮੇਂ 'ਚ ਤੁਹਾਨੂੰ ਕਿਹੜੇ ਕਿਹੜੇ ਮੁੱਦੇ ਲੱਗਦੇ ਜਿਹਦੇ ਉੱਤੇ ਤੁਸੀਂ ਵਕਾਲਤ ਕਰਨੀ? ਦੇਖੋ, ਇੱਕ ਤਾਂ ਇਸ ਏਰੀਏ ਦੇ ਵਿੱਚ ਮੈਂ ਕੇਂਦਰ ਸਰਕਾਰ ਕੋਲੋਂ ਮਾਨਯੋਗ ਪ੍ਰੋਫੈਸਰ ਚੰਦੂ ਮਹਿਰਾ ਸਾਹਿਬ ਦੀ ਸ਼ਖਸੀਅਤ ਦਾ ਅਸੀਂ ਫਾਇਦਾ ਲਿੱਤਾ। ਟੋਟਲ ਖਾਲੇ 'ਤੇ ਰਜਵਾਹੇ ਜਿਹੜਾ 95 ਕਰੋੜ ਸਾਡਾ ਵਾਪਸ ਲੈ ਗਏ ਸੀ, ਹੁਣ 110 ਕਰੋੜ ਦੇ ਲਗਭਗ ਐਸਟੀਮੇਟ ਬਣੂਗਾ ਇਹ। ਟੋਟਲ ਖਾਲੇ 'ਤੇ ਰਜਵਾਹੇ ਕੇਂਦਰ ਸਰਕਾਰ ਦੇ ਪੈਸੇ ਨਾਲ ਪੱਕੇ ਹੋਣਗੇ। ਦੂਸਰੀ ਗੱਲ, ਸਬ ਡਿਵੀਜ਼ਨ ਅਸੀਂ ਬਣਾਈ, ਐਸ ਡੀ ਐਮ ਬੈਠਣ ਲੱਗ ਗਿਆ ਸੀ। ਉਹ ਐਸ ਸਬ ਡਿਵੀਜ਼ਨ ਵਿੱਚ ਐਸ ਡੀ ਐਮ ਨਹੀਂ ਬੈਠਦੇ, ਉਹਦਾ ਪ੍ਰਬੰਧਕੀ ਕੰਪਲੈਕਸ ਬਣਾਉਣਾ ਮੇਰੀ ਤਰਜੀਹਾਂ ਵਿੱਚ ਆ। ਇੱਕ ਇਸ ਇਲਾਕੇ ਵਿੱਚ ਕੁੜੀਆਂ ਦਾ ਕਾਲਜ, ਚਾਹੇ ਮੈਂ ਸ਼੍ਰੋਮਣੀ ਕਮੇਟੀ ਕੋਲੋਂ ਖੁਲਵਾਵਾਂ ਚਾਹੇ ਪੰਜਾਬ ਸਰਕਾਰ ਕੋਲੋਂ ਖੁਲਵਾਵਾਂ, ਮੇਰਾ ਵਾਅਦਾ ਹੈ ਕਿ ਹਰ ਹਾਲ ਵਿੱਚ ਖੁਲਵਾ ਕੇ ਦੇਵਾਂਗੇ। ਤੀਸਰੀ ਗੱਲ, ਆ ਹੌਸਪੀਟਲ ਬਣਾਇਆ, ਸ਼ਾਨਦਾਰ ਬਿਲਡਿੰਗ, ਕੀ ਕਰਨਾ ਅਸੀਂ ਮੁੱਖ ਮੰਤਰੀ ਸਾਹਿਬ ਸਾਡੇ ਜ਼ਿਲ੍ਹੇ 'ਤੇ, ਅਸੀਂ ਤਾਂ ਮਾਣ ਵਾਲੀ ਗੱਲ ਕਹਿੰਦੇ ਹਾਂ ਵੀ ਮੁੱਖ ਮੰਤਰੀ ਸਾਹਿਬ ਸਾਡੇ ਜ਼ਿਲ੍ਹੇ ਦੇ ਨੇ। ਅਤੇ ਆਪਾਂ ਇਸ ਇੰਨੀ ਸ਼ਾਨਦਾਰ ਬਿਲਡਿੰਗ ਵਿੱਚ ਤੁਸੀਂ ਹੁਣ ਡਾਕਟਰ ਤੱਕ ਵੀ ਨਹੀਂ ਬਿਠਾ ਸਕ ਰਹੇ, ਜਿੱਥੇ ਇੰਨਾ ਪੈਸਾ ਲੱਗ ਕੇ ਇੰਨੀ ਸ਼ਾਨਦਾਰ ਬਿਲਡਿੰਗ ਬਣਾਈ ਆ, ਹੁਣ ਤੁਸੀਂ ਘੱਟੋ ਘੱਟ ਡਾਕਟਰਸ ਦਾ ਅਰੇਂਜਮੈਂਟ ਤਾਂ ਸਾਨੂੰ ਕਰਕੇ ਦੇ ਦਿਓ। ਮੈਂ 3 ਵਾਰੀ ਪਿਛਲੇ ਸੈਸ਼ਨ ਦੇ ਵਿੱਚ 3 ਵਾਰੀ ਦੁੱਧਨ ਸਾਹਿਬ ਹੌਸਪੀਟਲ ਦਾ ਮੁੱਦਾ ਚੁੱਕਿਆ। ਸੋ ਇਸੇ ਤਰੀਕੇ ਨਾਲ ਸਨੌਰ ਦਾ ਸਿਹਤ ਸਹੂਲਤਾਂ ਦੀ ਘਾਟ ਆ, ਉਹ ਵੀ ਜਿਹੜੀ ਪ੍ਰਾਇਮਰੀ ਹੈਲਥ ਸੈਂਟਰ ਆ, ਡਿਸਪੈਂਸਰੀ ਆ, ਅਪਗ੍ਰੇਡ ਹੋਣ ਵਾਲੀ ਆ। ਅਤੇ ਇਸ ਤਰੀਕੇ ਨਾਲ ਹੀ ਕਿੰਨੇ ਹੀ ਐਸੇ ਮਸਲੇ ਨੇ ਖਾਸ ਤੌਰ 'ਤੇ ਸਿੱਖਿਆ ਦੇ ਖੇਤਰ ਨਾਲ ਜੁੜੇ ਹੋਏ, ਜਿਹੜੇ ਸਕੂਲਾਂ ਦੀ ਅਪਗ੍ਰੇਡੇਸ਼ਨ ਦੀ ਜ਼ਰੂਰਤ ਆ, ਉਹ ਅਪਗ੍ਰੇਡੇਸ਼ਨ ਵਾਸਤੇ ਵੀ ਸਰਕਾਰ ਦੇ ਸਾਹਮਣੇ ਆਪਣਾ ਜਿਹੜਾ ਕੇਸ ਆ ਅਸੀਂ ਪੁੱਟ ਕਰਾਂਗੇ। ਬੇਰੁਜ਼ਗਾਰੀ ਦੀ ਗੱਲ ਆ, ਦੇਖੋ ਆ ਨੈਸ਼ਨਲ ਹਾਈਵੇ ਦੀ DPR ਆਪਣੇ ਆਪ 'ਚ ਇੱਕ ਮੁੱਦਾ। ਇਹ ਦੋ ਇਹਨੇ ਗੱਲਾਂ ਸਾਰਨੀਆਂ, ਇੱਕ ਤਾਂ ਆਵਾਜਾਈ ਅਤੇ ਦੂਸਰਾ ਰੁਜ਼ਗਾਰ ਦੇ ਸਾਧਨ ਪੈਦਾ ਕਰੂਗੀ ਇਹ ਰੋਡ। ਜਿਸ ਦਿਨ ਇਹ ਰੋਡ ਬਣੀ, 150 ਫੁੱਟ ਚੌੜੀ ਰੋਡ, 7 ਫੁੱਟ ਦਾ ਡਿਵਾਈਡਰ, ਆਪ ਮੁਹਾਰੇ ਇੰਡਸਟਰੀ ਇਸ ਇਲਾਕੇ ਵਿੱਚ ਚਮਕ। ਸਨੌਰ ਤੋਂ ਤੁਸੀਂ ਕਿਹੋ ਜਿਹੇ ਨਤੀਜਿਆਂ ਦੀ ਆਸ ਰੱਖਦੇ? ਦੇਖੋ, ਅਸੀਂ ਮੁੱਦੇ ਲੋਕਾਂ ਅੱਗੇ ਰੱਖਤੇ। ਮੈਂ ਇਹ ਵੀ ਕਹਿਣਾ ਵੀ ਅਸੀਂ ਨਹੀਂ ਬਲਕਿ ਲੋਕਾਂ ਅੱਗੇ ਮੁੱਦੇ ਰੱਖੇ, ਜਿਹਨੂੰ ਸੱਚਾਈ ਮੰਨੋ ਤਾਂ ਲੋਕਾਂ ਨੇ ਮੁੱਦੇ ਸਾਡੇ ਅੱਗੇ ਰੱਖੇ ਵੀ ਅਸੀਂ ਸਰਕਾਰ ਤੋਂ ਇੰਨਾ ਪਰੇਸ਼ਾਨ ਹਾਂ। ਅਤੇ ਇਹੀ ਸਮਝਾ ਰਹੇ ਹਾਂ ਵੀ ਉਹ ਮੁੱਦੇ ਨੇ ਜਿਹੜੇ ਤਾਂ ਹੀ ਹੱਲ ਹੋ ਸਕਦੇ ਆ ਜੇ ਸਰਕਾਰ ਨੂੰ ਆਪਾਂ ਆਪਣਾ ਸੁਨੇਹਾ ਭੇਜਾਂਗੇ, ਅਤੇ ਵੋਟ ਰਾਹੀਂ ਉਹ ਸੁਨੇਹਾ ਜਾ ਸਕਦਾ। ਅਤੇ ਮੈਨੂੰ ਉਮੀਦ ਆ ਵੀ ਅਸੀਂ ਆਪਣੀ ਗੱਲ ਸਮਝਾਉਣ ਦੇ ਵਿੱਚ ਲੋਕਾਂ ਨੂੰ ਕਾਮਯਾਬ ਹੋਵਾਂਗੇ। ਨਤੀਜੇ ਦੇਖੋ, ਜੇ ਇਹ ਜੇ ਅੱਜ ਇਸ ਇਲਾਕੇ ਦੀ ਹਵਾ ਦੇਖੀ ਜਾਵੇ ਤਾਂ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਪਾਰਟੀ ਦੇ ਆਗੂਆਂ ਦੀ, ਵਰਕਰਾਂ ਦੀ, ਸਰਕਾਰ ਨੂੰ ਛੱਡ ਕੇ ਵਿਰੋਧੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਜਿਹੜਾ ਰੁਝਾਨ ਬਣ ਗਿਆ, ਉਹਨੂੰ ਦੇਖ ਕੇ ਤਾਂ ਇਹ ਲੱਗਦਾ ਵੀ 5 ਦੀਆਂ 5 ਜ਼ਿਲ੍ਹਾ ਪ੍ਰੀਸ਼ਦ, 21 ਦੀਆਂ 21 ਭੁੰਦੜੇੜੀ ਬਲਾਕ ਦੀਆਂ, ਅਤੇ ਸਨੌਰ ਦੇ ਵਿੱਚ ਵੀ ਚੇਅਰਮੈਨ ਜਿਹੜਾ ਹੈਗਾ ਉਹ ਸ਼੍ਰੋਮਣੀ ਅਕਾਲੀ ਦਲ BJP ਦਾ ਬਣੂਗਾ। ਆਖਿਰ ਵਿੱਚ ਤੁਸੀਂ ਵੋਟਰਾਂ ਨੂੰ ਅਤੇ ਆਪਣੇ ਵਰਕਰਾਂ ਨੂੰ ਕੀ ਸੁਨੇਹਾ ਦੇਣਾ? ਮੈਂ ਵੋਟਰਾਂ ਨੂੰ ਇਹੀ ਬੇਨਤੀ ਕਰਦਾ ਕਿ ਇਕੱਠੇ ਹੋ ਕੇ ਚੰਗੇ ਸਮਾਜ ਦੇ ਲਈ, ਸੁੱਤੀ ਪਈ ਸਰਕਾਰ ਨੂੰ ਜਗਾਉਣ ਦੇ ਲਈ, ਕੇਵਲ ਅਤੇ ਕੇਵਲ ਮੈਂ ਸਮਝਦਾ ਇੱਕ ਇਹ ਜ਼ਰੀਆ ਆਪਣੇ ਕੋਲ ਹੁਣ ਆਇਆ, ਉਹ ਤੁਹਾਡੀ ਵੋਟ ਦੀ ਪਰਚੀ ਹੈ ਜਿਹੜੀ ਤੁਹਾਡੇ ਹੱਥਾਂ ਦੇ ਵਿੱਚ ਹੋਣੀ ਆ। ਸੋ ਮੈਂ ਉਮੀਦ ਕਰਦਾ ਵੀ ਤੁਸੀਂ ਸਰਕਾਰ ਦੇ ਵਿਰੋਧ ਵਿੱਚ ਵੋਟ ਪਾ ਕੇ, ਸਰਕਾਰ ਨੂੰ ਹਰਾ ਕੇ ਜਿਹੜਾ ਹੈਗਾ ਸੁੱਤੀ ਪਈ ਸਰਕਾਰ ਕੋਲ ਆਪਣਾ ਸੁਨੇਹਾ ਭੇਜੋਗੇ ਵੀ ਲੋਕ ਸਾਡੇ, ਅਸੀਂ ਸਰਕਾਰ ਤੋਂ ਖੁਸ਼ ਨਹੀਂ, ਇਹ ਸਾਡੇ ਮੁੱਦੇ ਨੇ, ਇਹ ਜ਼ਰੀਆ ਇੱਕ ਵੋਟ ਦੇ ਰਾਹੀਂ ਉਹਨਾਂ ਨੂੰ ਪਹੁੰਚਾਉਣ ਦਾ। ਮੈਂ ਆਪਣੇ ਸਪੋਰਟਰਾਂ ਨੂੰ ਕਹਿਣਾ ਕਿ ਇਹ ਜਿਹੜੀ ਗੁੰਡਾਗਰਦੀ ਦਾ, ਜਿਹੜੀ
ਨੀਵੇਂ ਪੱਧਰ ਦੀ ਸ਼ਬਦਾਵਲੀ ਵਾਲੇ ਲੋਕ ਇਸ ਇਲਾਕੇ ਵਿੱਚ ਦਾਖਲ ਹੋਏ ਵੇ ਨੇ। ਇਹਨਾਂ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਦੇ ਵਿੱਚ ਜਾਓ, ਲੋਕਾਂ ਦੀ ਸੇਵਾ ਕਰੋ, ਲੋਕਾਂ ਦੀ ਗੱਲ ਸੁਣੋ, ਭਾਈਚਾਰਕ ਸਾਂਝਾਂ ਨੂੰ ਮਜ਼ਬੂਤ ਕਰੋ, ਪਾਰਟੀਬਾਜ਼ੀਆਂ ਤੋਂ ਉੱਪਰ ਉੱਠ ਕੇ ਆਪਣੇ ਏਕੇ ਅਤੇ ਭਾਈਚਾਰੇ ਦਾ ਸਬੂਤ ਦਿਓ। ਲੋਕਾਂ ਦੇ ਵਿੱਚ ਆਪਾਂ ਸਮਾਜ ਨੂੰ ਜੋੜਨਾ ਅਤੇ ਤੋੜਨ ਵਾਲੀਆਂ ਉੱਠੀਆਂ ਤਲਵਾਰਾਂ ਨੂੰ ਆਪਾਂ ਉਹ ਮਨਸੂਬੇ ਜਿਹੜੇ ਫੇਲ ਕਰਦੇ ਨੇ। ਮੈਨੂੰ ਉਮੀਦ ਆ ਇਸ ਇਲਾਕੇ ਦੇ ਲੋਕ, ਸ਼੍ਰੋਮਣੀ ਅਕਾਲੀ ਦਲ ਦੇ ਵਰਕਰ, ਸਮਾਜ ਸੇਵੀ ਸੰਸਥਾਵਾਂ ਦੇ ਲੋਕ ਇਹਨਾਂ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਚੰਦੂਮਦਰਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਗੁਰਪੁਰੀ ਸਾਹਿਬ ਤੁਹਾਡਾ ਵੀ। ਤੁਸੀਂ ਇਸ ਇਲਾਕੇ ਦੀਆਂ ਜਿਹੜੇ ਭਗਦੇ ਮਸਲੇ ਨੇ, ਮੈਂ ਦੇਖਦਾ ਰਹਿੰਦਾ ਵੀ ਉਹ ਹਰ ਉਸ ਭਗਦੇ ਮਸਲੇ ਨੂੰ ਤੁਸੀਂ ਬੜੀ ਨੀਡਰਤਾ ਨਾਲ, ਬੇਵਾਕੀ ਨਾਲ ਲੋਕਾਂ ਦੇ ਅੱਗੇ ਰੱਖਦੇ ਹੋ। ਪੱਤਰਕਾਰੀ ਇਸੇ ਨੂੰ ਕਹਿੰਦੇ ਆ। ਇਸ ਸਨ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ। ਇਸ ਦੇ ਨਾਲ ਹੀ ਕੁਲਵੰਤ ਸਿੰਘ ਗਗੜਪੁਰੀ ਨੂੰ ਦਿਓ ਇਜਾਜ਼ਤ। ਅਗਲੇ ਪ੍ਰੋਗਰਾਮ ਚੋਣ ਚਰਚਾ ਦੇ ਵਿੱਚ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ। ਸਤਿ ਸ਼੍ਰੀ ਅਕਾਲ।